हाँ राहुल कितने चले हरा बड़े जल्दी जल्दी उठे हम तू टॉपी मास्टर क्यों कहते बार बोली टिकटॉक करा रहे थे टिकटॉक करा रहे थे कमरा हरमन हाय कर दो हाय हाय कर दो हाय हाय कर दो कित आ गए और क्या करता काले लेके आ जाओ ब्रो काले को बैठे देखे पीछे मेट्रो कर्मचारी से या हेल्पलाइन नंबर 355 ओक्का लगा के थमा बस इफ एनी पैसेंजर इज सेपरेटेड फ्रॉम फैमिली इमीडिएटली कांटेक्ट द मेट्रो ऑफिशियल इधर लो ये बना गया बैग आप चले होना वैसे बोर्डिंग पास लेके हेलो लो अंदर आओ गया सी एंटर उसी की मेन गेट बाहर ला चलते होना सी मंदिर बंद ओके थैंक यू सर लगते तो एवी है ना गया हो गई ये हो गया चलो हो गई हो गया ਤਨਗਾਂ ਦੇ ਲੱਗ ਰਿਹਾ ਮੈਂ ਹੋ ਗਿਆ ਉਹਦੇ ਵੱਧੂ ਆਂਦੇ ਨੇ ਦੇਖ ਉਹ ਕੋੜੀ ਦੇ ਕਿੱਕਾ ਆਪਣਾ ਕਿਹੜਾ ਜ਼ੋਰ ਲਾਦੇ ਲਾਡੇ ਲਾਡੇ ਬਾਈ ਪਟਿਆਲੇ ਨਾਲ ਨਹੀਂ ਆਂਦੀ ਬਸ ਨਾ ਮਾਨ ਸਕਣ ਚੇ ਉੱਤਰ ਤੇ ਪਿੱਛੇ ਦੇਖ ਪਿੱਛੇ ਬਲਾ ਡੇਲੇ ਸਵਾਰੀ ਆ ਰਹੀ ਹੈ ਚੱਲ ਚੱਲ ਹੋ ਗਿਆ ਮੈਮ ਕਾਲੇ ਆ ਗਏ ਬ్రో ਕਾਲੇ ਲੈ ਕੇ ਆ ਜਾ ਬ్రో ਆ ਗਏ ਕਿਹੜੀ ਫੀਲਿੰਗ ਆਈ ਜਾਂਦੀ ਹੈ ਰਿਚ ਕਿਡਸ ਵਾਲੀ ਬੈਗੇ ਚੱਕ ਕੇ ਨਹੀਂ ਆ ਬੋਰਡਿੰਗ ਬਸ ਫੜ ਕੇ ਅੱਛਾ ਦੇਖ ਕੇ ਤਾਂ ਉਹਨਾਂ ਦੇ ਭਜਨ ਤੋਲਦੇ ਨੇ ਤੈਨੂੰ ਕਿਹੜੀ ਫੀਲਿੰਗ ਆ ਰਹੀ ਹੈ ਯਾਰ ਗਰਮੀ ਹੋ ਰਹੀ ਹੈ ਭੁੱਖ ਲਾ ਰਹੀ ਹੈ ਮਾੜੀ ਫੀਲਿੰਗ ਹੈ ਉਹ ਭੁੱਖ ਲੱਗ ਰਹੀ ਹੈ ਬਾਬੇ ਭੁੱਖ ਮਰੀ ਹੋ ਗਈ ਆਪਾਂ ਫਿਰ ਕੀ ਖਾਣਾ ਆਪਾਂ ਚੱਲਦੇ ਪਹਿਲਾਂ ਹਾ ਕਰਾ ਲਈਏ
ਆ ਕਰਾ ਲਈ ਪਹਿਲਾਂ ਜਮਾ ਟੀ ਫੋਰ ਪੀਜ਼ਾ ਐਕਸਪੋ ਹਾਲ ਬੈਗ ਡ੍ਰੌਪ ਕਰਾ ਲਈਏ ਫਿਰ ਆਪਾਂ ਚੱਲਦੇ ਹਾਂ ਬੈਗ ਨੂੰ ਕੀ ਕਹਿੰਦੇ ਕੀ ਕਰਨਾ ਹੈ ਕਹਿੰਦੇ ਸਾਈਜ਼ ਜ਼ਿਆਦਾ ਵੱਡਾ ਕਹਿੰਦੇ ਲੈ ਕਲਿੱਕ ਨਹੀਂ ਜਾ ਸਕਦੇ ਨਾ ਓਏ ਕੀ ਕਹਿੰਦੇ ਸੀ ਇਹਦੇ ਬੈਗ ਨੂੰ ਕਹਿੰਦੇ ਜਹਾਜ਼ ਦੇ ਵਿੱਚ ਹੀ ਲੈ ਕੇ ਜਾ ਸਕਦੇ ਕਹਿੰਦੇ ਹੈਂਡ ਬੈਗ ਹੀ ਆ ਕਹਿੰਦੇ ਦਾ ਗੈਪ ਨਹੀਂ ਬਾਰਾ ਕਹਿੰਦਾ ਛੋਟਾ ਜਿਹਾ ਤਾਂ ਹੈਗਾ ਕਹਿੰਦੇ ਕਹਿੰਦੇ ਜਹਾਜ਼ ਚ ਨਾਲ ਲੈ ਜੀ ਤੂੰ ਕੀ ਕਹਿੰਦਾ ਡ੍ਰੌਪ ਕਰਾਏਗਾ ਬੈਗ ਨੂੰ ਮਨਦੀਪ ਕਿਵੇਂ ਦਾ ਫੀਲ ਹੋ ਰਿਹਾ ਬੈਗ ਨਾਲ ਲੈ ਕੇ ਜਾਏਗਾ ਮੈਨੂੰ ਲੱਗਦਾ ਡ੍ਰੌਪ ਕਰਾਏਗਾ ਤੂੰ ਵੀ ਬੇਇੱਜ਼ਤੀ ਹੋ ਗਈ ਅੰਦਰ ਜਾ ਕੇ ਵੀ ਪਹਿਲੀ ਹੀ ਕਹਦੇ ਉਹਨੂੰ ਕਹਦੇ ਵੀ ਚੈੱਕ ਇਨ ਬੈਗ ਉਹ ਕਰਦੇ ਬੈਗ ਡ੍ਰੌਪ ਕਰ ਲੈ ਹਾਂ ਅੰਦਰ ਜਾ ਕੇ ਆ ਭਾਈ ਵੀ ਦੇਖਦਾ ਜਿਹੜੀ ਪੈਸੰਜਰ ਟੂ ਬੰਬੇ ਯੂ ਕੈਨ 995 ਝੂਠ ਹੈ ਰੇ ਸਰ ਬਲੌਗ ਬਣ ਰਿਹਾ ਹੈ ਹਾਇ ਕਰ ਦੋ ਹਾਸੀ ਮਜ਼ਾਕ ਚੱਲ ਰਿਹਾ ਹੈ ਹੌਲੀ ਮੈਮ ਸਕਰੈਚ ਪੈ ਜਾਣਗੇ ਨਵਾਂ ਨਵਾਂ ਹਜੇ ਲੈ ਕੇ ਆਇਆ ਸਕਰੈਚ ਪੈ ਜਾਣਗੇ ਘੰਟਾ ਫਰੀ ਹੈ ਨਾ ਆਪਾਂ ਬਾਕੀ ਆਪਣਾ ਸਾਰਾ ਕੁਝ ਹੋ ਗਿਆ ਦੇਖੀ ਲੱਭੀ 3000 ਕਿੱਧਰ ਨੂੰ ਇਹਦੇ ਨੂੰ ਮੈਂ ਸੁਣਿਆ ਸਸਤੇ ਸਮਾਨ ਵੀ ਮਿਲਦਾ ਅੰਦਰ 에어ਪੋਰਟ ਦੇ ਅੰਦਰ ਹੋਰ ਕੀ 200 ਰੁਪਏ ਦੇ 2% ਨਾਲ ਚੜਾਓ ਯਾਰ ਇਹ ਹੈ ਉਹ ਨਾ ਬਹੁਤ ਚੜ ਟੋਪੀ ਟੋਪੀ ਸੈੱਟ ਕਰ ਲਈ ਹੁਣ ਮੁੰਡੇ ਨੇ ਹੁਣ ਜਹਾਜ਼ 'ਚ ਬੈਠਣ ਦੀ ਵਾਰੀ ਆ ਵੈਸਾ ਉੱਪਰ ਚੱਲਦੇ ਹਾਂ ਨਹੀਂ ਬਿਨਾਂ ਚਲੋ ਹਰਮਣਾ ਹਰਮਣਾ ਤੂੰ ਨਾ ਟਲੀ ਉੱਪਰ ਕਿੱਧਰੋਂ ਆ ਰਿਹਾ ਇਕੱਲੇ ਹੀ ਲੰਘ ਗਿਆ ਤੀ ਇੰਨੀ ਖੁਸ਼ੀ ਯਾਰ ਇੰਨੀ ਚ ਜਵਾਤੀ ਇਕੱਲੇ ਹੀ ਲੰਘ ਗਿਆ ਤੀ ਸਾਨੂੰ ਛੱਡ ਕੇ ਇਕੱਲੇ ਹੀ ਲੰਘ ਗਿਆ ਤੀ ਅਸੀਂ ਜਹਾਜ਼ ਦੇਖਣ ਲੱਗ ਰਹੇ ਯਾਰ ਮਤਲਬ ਅੱਛਾ ਸਿੱਧੀ ਆਪਾਂ ਜਹਾਜ਼ ਚ ਜਾਵਾਂਗੇ ਆਪਾਂ ਯਾਰ ਬਾਹਰ ਕੱਢ ਕੇ ਵੀਡੀਓ ਵੀ ਬਣਾਵਾਂਗੇ ਫਿਰ ਆਪਾਂ ਹੈ ਓਏ ਮਨਦੀਪ ਬਾਹਰ ਕੱਢ ਕੇ ਵੀਡੀਓ ਵੀ ਬਣਾਵਾਂਗੇ ਆਪਾਂ ਗੂਗਲ ਪੇ ਚ ਰੱਖਿਆ ਕਰੋ ਕੈਸ਼ ਦਾ ਜ਼ਮਾਨਾ ਨਹੀਂ ਹੈਗਾ ਅੱਜ ਕੱਲ੍ਹ ਕੈਸ਼ ਵੀ ਵੜਦਾ ਹੁਣ ਯਾਰ ਇਹਦੇ ਵਿੱਚੋਂ ਨਹੀਂ ਕਿੱਥੋਂ ਦੀ ਬਸ ਹੋ ਗਿਆ ਚੱਕ ਔਖਾ ਹੀ ਹੈ ਕੰਮ ਅਰੇ ਕਬੀਂਗਾ ਕਰਤਾ ਔਖਾ ਹੀ ਹੈ ਕੰਮ ਜੇ ਅੜ ਜਾਂਦਾ ਫਿਰ ਔਖਾ ਜੀ ਉਹ ਇਹ ਨਹੀਂ ਆ ਮੇਰੇ ਕੋਲ ਸਪਰੇ ਆਲੇ ਚੱਕ ਬੜੇ ਕੁੱਕ ਚੈਸ ਹੋ ਗਈ ਕੀ ਆ ਵੀ ਕੰਮ ਤਾਂ ਔਖਾ ਹੀ ਹੈ ਵਾਹਣਾ ਜੇ ਨਾ ਲਿਕੜੇ ਕੀ ਨਾਮ ਮੈਂ ਲੱਤ ਮਾਰਨ ਨੂੰ ਤਿਆਰ ਦੀ ਦੇ 300 ਰੁਪਏ ਲਾਇਆ ਹੋਇਆ ਕਹਦੇ ਮੈਂ ਪਾੜ ਲਓ ਕੋਕ ਆ ਗਈ ਪਾਓ ਗਰੁੱਪ ਜੀ ਆਪਣਾ ਜਹਾਜ਼ ਕੋਕ ਆਪਾਂ ਲੈ ਲਈ ਸੀ ਜਹਾਜ਼ 'ਚ ਬੈਠਣਾ ਹੋਇਆ ਆਪਾਂ ਆਹ ਦੇਖੋ ਲਓ ਜੀ ਜਿਹਦਾ ਇੰਤਜ਼ਾਰ ਸੀ ਘੜੀਆਂ ਦਾ ਉਹ ਪੂਰਾ ਹੋ ਗਿਆ ਏਸੀ ਉਸੀ ਵੀ ਰਹਿੰਦੇ ਨਹੀਂ ਗੇ ਹੈ ਮਨਦੀਪ ਮੈਨੂੰ ਲੱਗਦਾ PRTC ਬੱਸਾਂ ਵਾਂਗੂ ਆਪਾਂ ਨੂੰ ਵੀ ਖੜੇ ਹੋ ਕੇ ਜਾਣਾ ਪਊਗਾ
ਮੈਨੂੰ ਲੱਗਦਾ ਹਰਮਨ ਤੂੰ ਆਪਾਂ ਨੇ ਅੱਧੇ ਪੈਸੇ ਦਿੱਤੇ ਨੇ ਇਹ ਤਾਂ ਸੜਕ ਸੜਕ ਕੇ ਲੈ ਜਾਣ ਲੱਗ ਰਿਹਾ ਉੱਡਦਾ ਹੀ ਨਹੀਂ ਅੱਧੇ ਪੈਸੇ ਦਿੱਤੇ ਨੇ ਮੈਨੂੰ ਲੱਗਦਾ ਆਪਾਂ ਨੇ सड़क सड़क ही लेके जाऊ अद्धे पैसे दिते ने गर्मी बहुत है ये कहता कल मासे खा लाँगे कहता कोई चक्कर ही नहीं कहते कॉफी आ गई फिर है खा गया फिर मैं मैम शुगर अच्छा दो देते हैं बेइज्जती हो गई थी ब्लॉग जो बेइज्जती हो गई थी चल कोई ना मनदीप आप विंडो खोल के बाहर टेक दे आ दो जी आ गई अपनी चाह आ सी दुध ये आ गई खंड अपनी चाह बनाई हूँ अपन बनानी होगी चाह दुध भी अपने तवे है गया। ठीक है खंड भी अपने तवे है करिए फिर स्टार्ट चाह बनानी बना सू चाह कॉफी बना के मिलते दुध च बत्ती रखी मिठा तेज दुध वध पाली बनाया इन्हें हूंजता जमी चंगी तरह पाली दुध चाह का रंग आऊगा आ लो जी ये अपनी होगी चाह तैयार ले सारा गुस्सा मैं कर पिंड खोल के बाहर टेक दे सारा समान अपना खोल दे पिंड खोल के बंद कर बाहर टेक दे देखिए किसी से सुरच मारे चाकू चुकू कि चमचे चमचे किसी से सच बचे देखिए थे की है उपर नहीं होता कुछ भी दले नहीं है जम्मू से नेरा आ गया नेरा बत्तलों तो भी उपर जा रहे हैं बत्तल तो बहुत
ਸਾਫ ਕਰਨ ਨਾਲ ਹਰਵਾ ਕਰਕੇ ਹੁਣ ਆ ਬਾਹਰੋਂ ਬਾਹਰੋਂ ਅੰਦਰ ਅਚਾ ਅੰਦਰ ਹੀ ਹੈ ਚਲੰਗ ਕਰਵਾਈ ਸੀਗੀ ਯਾਰ ਹੈ ਮਨਦੀਪਾ ਹਟ ਜਾਵੇ ਟੋਪੀ ਲੈ ਲੈਣੇ ਇੰਨੀ ਖਿੱਚ ਲੰਗ ਕਰਵਾਈ ਸੀਗੀ ਫੁੱਲ ਲਈ ਖੜੇ ਨੇ ਯਾਰ ਆਪਣੇ ਵਾਸਤੇ ਆ ਗਿਆ ਆਪਣਾ ਵੀ ਖੜਾ ਆ ਲੋ ਜੀ ਆਪਣਾ ਬੈਗ ਆ ਗਿਆ ਕਿਲ ਸਾਹਿਬ ਕੀ ਵੇਟਿੰਗ ਚੱਲ ਰਹੀ ਹੈ ਆ ਗਏ ਤੇ ਬਈ ਤੇਰਾ ਹੋ ਜਾਏਗਾ ਵਿਊ ਚੈੱਕ ਕਰੋ ਜੀ ਵਿਊ ਓਏ ਹੋਏ ਹੋਏ ਸਰਾ ਲਾਇਆ ਪਿਆ ਸਰਾ ਸਿੱਧੂ ਮੂਸੇਵਾਲੇ ਲਾਦਾ ਵੀਰੇ ਹਰਮਨ ਤੂੰ ਪਹਿਲਾਂ ਮੋਣਕ ਚ ਸੀਗਾ ਮੋਣਕ ਪਾਣੀ ਪਾਣੀ ਕਰਕੇ ਉਰੇ ਉਰੇ ਪਾਣੀ ਪਾਣੀ ਕਰਤਾ ਹਾਂਜੀ ਹਾਂਜੀ ਬਹੁਤ ਠੰਡ ਕਰਤੀ ਆਪਾਂ ਨੇ ਆਉਣ ਸਾਰਾ ਜਹਾਜ਼ ਚ ਕਿੰਨਾ ਟੈਂਪਰੇਚਰ ਦੱਸ ਰਹੇ ਸੀਗੇ 24 ਚੱਕਦਾ ਸੀ ਦੇਖੋ ਟ੍ਰੇਨ ਟ੍ਰੇਨ ਇਹ ਲਾ ਰੱਖੀ ਇਹਨਾਂ ਨੇ ਇੱਥੇ ਹੋਟਲ 'ਚ ਐਂਡ ਡੈਕੋਰੇਸ਼ਨ ਕਰਕੇ ਸਾਰੀ ਟ੍ਰੇਨ ਡੱਬੇ ਦੋ ਤਿੰਨ ਇੱਥੇ ਲਾ ਤੇ ਵਿਊ ਚੈੱਕ ਕਰੋ ਚੀਜ਼ਾਂ ਦਾ ਬਹੁਤ ਘੈਂਟ ਘੈਂਟ ਬਣਾਈ ਹੋਈ ਇਹਨਾਂ ਨੇ ਫੋਟੋ ਸ਼ੂਟ ਕਰਦੇ ਫਿਰ ਮਿਲਦਾ ਅੱਜ ਕਿੱਥੇ ਆ ਗਿਆ ਅੱਜ ਉੱਥੇ ਆ ਗਏ ਜਿੱਥੇ ਟ੍ਰੇਨਾਂ ਸਟਾਰਟ ਹੁੰਦੀਆਂ ਨੇ ਉੱਥੇ ਸਟੋਪ ਹੋ ਗਏ ਪਹਿਲਾਂ ਬੈਗ ਆਉਂਦੀ ਹੋਊਗੀ ਫਿਰ ਤੋਂ ਉਹ ਆ ਰਹੀ ਦੇਗਾ ਉਹ ਜੀ ਉੱਥੋਂ ਪਹਿਲਾਂ ਸਿੱਧੀ ਟ੍ਰੇਨ ਬੈਗ ਆਊਗੀ ਬੈਗ ਆ ਕੇ ਇੱਥੇ ਲੱਗ ਕੇ ਇੱਥੋਂ ਸਟਾਰਟ ਹੋ ਗਈ ਦੁਬਾਰਾ ਟ੍ਰੇਨ ਸਾਰੀਆਂ ਟ੍ਰੇਨਾਂ ਇੱਥੋਂ ਸਟਾਰਟ ਹੁੰਦੀਆਂ ਨੇ ਦੇਖੋ ਦੇਖਿਆ ਕਦੇ ਐਵੇਂ ਦਾ ਮੈਂ ਤਾਂ ਅੱਜ ਪਹਿਲੀ ਵਾਰ ਦੇਖਿਆ ਚਲੋ ਬਾਕੀ ਦੇਖਦੇ ਜਦੋਂ ਟ੍ਰੇਨ ਆਊਗੀ ਇਹ ਵਾਲਾ ਵਰਲਡ ਕਪ ਫਸਟ ਹੈ ਸਭ ਬੜਾ ਓਕੇ ਬੈਸਟ ਕਹਾਂ ਪਰ ਪੜਤਾ ਹੈ ਇਹ ਉਬਲੀ ਬਾਥਰੂਮ ਵਾਲੀ ਟੈਲਾਂ ਕਰ ਰਹੇ ਨੇ ਕਲਰ ਦਾ ਡੱਬਾ ਮਿਲ ਗਿਆ ਇਹਨੂੰ ਇਹਦੇ ਬੁਲਟ ਨਾਲ ਦਾ ਕਹਿੰਦਾ ਬਾਲਾ ਘੰਟਾ ਕਹਿੰਦਾ ਬਸ
ਅਮਦੀਪਾ ਕਿੱਥੇ ਆ ਗਏ? ਚੜ ਗਏ ਵੀਰੇ ਬਸ ਸਿੱਧੇ ਗੋਆ ਨੂੰ। ਹੁਣ ਸਿੱਧੇ ਗੋਆ ਨੂੰ ਜਾਊਗੀ ਬਸ? ਲੱਗ 3 ਘੰਟੇ ਗੋਆ ਉਤਰਾਂਗੇ ਸਿੱਧਾ। ਅੱਛਾ, ਖਾ ਲੈ ਇਟਲੀ ਸੰਬਰ। ਹੁਣ ਉਸ ਤੋਂ ਬਾਅਦ ਕੀ ਸਮਝ ਆ ਰਿਹਾ? ਬਸ ਤਿਆਰ ਆ ਬੀਚ ਤੇ ਜਾਣ ਨੂੰ। ਇਸ ਤੋਂ ਬਾਅਦ ਸਿੱਧਾ ਬੀਚ ਤੇ ਮਿਲਾਂਗੇ, ਠੀਕ ਹੈ? ਓਕੇ, ਆ ਰਹੇ ਨੇ ਯਾਰ ਫਿਰ ਬੁਰੇ ਤਸੱਲੀਆਂ ਦਵਾਂ ਆਣਾ। ਹਾਂ ਪਾਪਾ, ਕੋਈ ਚੱਕਰ ਨਹੀਂ, ਆਪਾਂ ਪੈਸੇ ਕਢਵਾ ਲਾਂਗੇ। ਫਿਰ ਹੁਣ ਕਿਹਾ ਯਾਰ, ਹੁਣ ਪੈਸੇ ਕਢਵਾਵਾਂਗੇ। ਕਢਵਾ ਲਾਂਗੇ। ਕਿੰਨੇ ਕਢਵਾਏਗਾ? 80 ਲੱਖ ਤੋਂ ਵੱਧ ਰੁਪਿਆ ਕਢਵਾਉਣਾ ਹੈ ਤੂੰ। ਉਹ ਹੁਣ ਤਾਂ 1,20,000 ਕਰਾ। ਫਿਰ 1,30,000 ਰੁਪਏ 1,00,000 ਤੋਂ ਵੱਧ ਹੋ ਗਿਆ। ਠੀਕ ਹੈ, ਹਾਂ ਠੀਕ ਹੈ ਵੀਰੇ। ਕਿਵੇਂ ਦਾ ਫੀਲ ਹੋ ਰਿਹਾ ਹੈ? ਰਿਕਾਰਡ ਰਿਕਾਰਡ ਲੈ ਕੇ ਕਹਿੰਦਾ ਹੁਣ ਬੂਟ ਵਿੱਚ ਦੇ ਦੇ। ਗੋਆ ਚ ਮੀਂਹ ਬਹੁਤ ਪੈ ਰਿਹਾ, ਬਹੁਤ ਜ਼ਿਆਦਾ। ਹੁਣ ਕਹਿੰਦਾ ਚੱਪਲ ਲੈਣੀ, 200 ਰੇਨਕੋਟ ਲੈ ਲਿਆ। ਰੇਨਕੋਟ ਲੈ ਕੇ ਵੀ ਹੈ ਮਨਦੀਪ, ਰੇਨਕੋਟ ਲੈ ਕੇ ਵੀ ਦੁਕਾਨ 'ਚ ਬੈਠਾ ਹੈ। ਤੂੰ ਮੀਂਹ ਮੂੰਹ 'ਚ ਘੁੰਮ, ਉਹਦੇ ਕੀ ਮੰਗਦਾ? ਬੂਟ ਦਾ ਕੀ ਚੱਕਰ ਹੈ ਯਾਰ? The next morning. ਬਾਰਿਸ਼ ਦੇ ਮੌਸਮ ਕਰਕੇ ਸਾਰੀਆਂ ਕਿਸ਼ਤੀਆਂ ਕੁਸ਼ਤੀਆਂ ਹੋਰ ਸਭ ਕੁਛ ਬੰਦ ਕਰਕੇ ਹੈ। ਬਾਕੀ ਉੱਧਰੇ ਸ਼ਹਿਰ ਦੇ ਚਲੋ ਡਰ ਲੱਗਦਾ, ਪਾਣੀ ਬਹੁਤ ਤੇਜ਼ ਆਇਆ, ਉਹ ਹੌਲੀ ਸਪੀਡ ਨਾਲ ਲਹਿਰਾਂ ਆ ਗਈਆਂ। ਹੌਲੀ ਹੌਲੀ ਕਿਵੇਂ ਲਹਿਰਾਂ ਆ ਗਈਆਂ, ਉੱਚਾ ਵੀ ਬਹੁਤ ਹੈ ਜੇ ਅੱਗੇ ਤਾਂ ਖਤਮ ਹੈ ਕੰਮ ਸਾਰਾ, ਪਾਣੀ ਹੈ ਪਾਣੀ ਹੈ ਸਾਰੇ ਕਿਤੇ ਵੈਸਾ। ਕਿਉਂ ਆਉਂਦਾ ਸਵਾਦ? ਇਹਦੀ ਚੱਪਲ ਵੱਗ ਗਈ ਨਾਲੇ। ਇਹ ਤਾਂ ਹਜੇ ਘੱਟ ਆ, ਇਹ ਤੀਜੀ ਵਾਰ ਚ ਆਉਂਦਾ ਫੁੱਲ ਪਾਣੀ ਵਾਲੇ, ਪਹਿਲੀ ਵਾਰ ਥੋੜਾ ਜਿਹਾ ਠੀਕ ਹੈ। ਨਾ ਨਾ ਉਹ ਪਿਛਲੇ ਆਊਗੀ ਲਹਿਰ ਜੀ, ਜਮਾਂ ਹੈਗੀ ਹੁਣ ਹੁਣ ਆਊਗੀ ਜਿਹੜੀ ਆਊਗੀ ਜ਼ਬਰਦਸਤ। ਆ ਜਾ ਕੇ ਮੈਂ ਫੜ ਕੇ ਦੇਖ ਮੈਂ ਤੈਨੂੰ ਬੱਚਦਾ ਇਹ।
चप्पल की नाले रेनकोट पा के पानी च आ गए सारे। हवा बहुत ज्यादा चल रही है इतने, बहुत ज्यादा मी आ गया सारे भज गए तो सारा खाली करता। देखो किन्नी तेज मी आ गया, आ गए आ गए आ गए सारे भजे। हो गया सारा खाली थोड़े टाइम से। अगर सारे अंदर आ गए बाबे, बाहर सारा खाली हो गया। मैं नहीं रुकना चाह रहा हूं ना, और यार अद्धा इंच वैसे मी करके रह गया। ये हुन महीना चल रहा ना मी वाला, इत्थे मानसून चल रहा है। हां हुन इत्थे मी बहुत पैण गए थे। इत्थे दारू सच, हां बहुत सस्ती है, बहुत सस्ती दारू। मैं दारू ठीक है, दारू महंगी है, बीरा सस्ती, बीरा बहुत सस्ती है, अल्कोहल बहुत सस्ता है इत्थे। ₹50 नहीं, हां ₹50 दी मिल जाती है इत्थे, बहुत सस्ते ने। क्लब 300 तो स्टार्ट हो जाए, जिन्नी मर्जी तक एंट्री करा लो, महंगी तो महंगी। होर दस अज फिर झील झूल घूमी, बागा झील, बागा बीच, इधर क्लब आ गए सारे, इधर सारे कितने क्लब ही क्लब ने। हाँ देखो रोड की क्लब ने ये सारा, इधर सारी गली से क्लब ही क्लब ने, ए टू जेड जिथे मर्जी बग जाओ, इतने क्लब ही क्लब सारे कितने, इतने सारे कितने भीड़ लगी रही है। Next morning ji, aur hum sabere uthte sabere
ਦਾ ਕੀ ਇੱਕ ਵੱਜ ਰਿਹਾ ਦੁਪਹਿਰੇ ਦੁਪਹਿਰੇ ਉੱਠ ਕੇ ਰੋਟੀ ਦੁਪਹਿਰੇ ਉੱਠਿਆ ਹਾਂ ਉਹ ਰੋਟੀ ਖਾ ਕੇ ਇਹ ਦੇਖਦੇ ਕਿੱਧਰ ਘੁੰਮਿਆ ਜਾਂਦਾ ਹੈ ਚੱਲੀਏ ਬੀਚ ਤੇ ਬੀਚ ਤੇ ਇੱਕ ਬੰਦਾ ਸਾਡਾ ਨਾਜ਼ੁਕ ਸਿਟੀ ਵਿੱਚ ਉਹ ਹਜੇ ਰੂਮ 'ਚ ਪਿਆ ਉਹ ਕਹਿੰਦਾ ਅੱਜ ਮੇਰਾ ਮੂਡ ਨਹੀਂ ਹੈਗਾ ਅਤੇ ਤਾਂ ਕਰਕੇ ਫਿਰ ਰੂਮ 'ਚ ਰਹਿ ਗਿਆ ਰੋਟੀ ਰੁਟੀ ਖਾ ਕੇ ਫਿਰ ਮਿਲਦੇ ਹਾਂ ਕਿੰਨੇ ਦਿਨ ਹੋ ਗਏ ਫਿਰ ਆਪਾਂ ਨੂੰ ਇੱਥੇ ਰਹਿੰਦੇ ਹੋਏ ਹੋ ਗਏ ਚਾਰ ਦਿਨ ਚਾਰ ਦਿਨ ਇੱਥੇ ਹੋ ਗਏ ਬਾਕੀ ਦੋ ਕੁ ਦਿਨ ਅਸੀਂ ਹੈਦਰਾਬਾਦ ਲਾਏ ਨੇ ਇੱਕ ਦਿਨ ਸਾਨੂੰ ਟ੍ਰੇਨ 'ਚ ਲੱਗ ਗਿਆ ਆਉਣ 'ਤੇ ਹੈਦਰਾਬਾਦ ਤੋਂ ਗੋਆ ਤੱਕ ਦਾ ਹੈਦਰਾਬਾਦ ਤੋਂ ਗੋਆ ਤੱਕ ਦਾ ਬਾਕੀ ਬਾਰਿਸ਼ ਪਈ ਜਾਂਦੀ ਹੈ ਇੱਥੇ ਦਿਨੋਂ ਦਿਨ ਬਾਰਿਸ਼ ਦਾ ਕੀ ਸਮਾਚਾਰ ਹੈ ਬਸ ਕੋਈ ਪਤਾ ਨਹੀਂ ਆਉਣੀ ਜਾਣੀ ਚੀਜ਼ ਆ ਰਹੀ ਰੋਜ਼ ਹੀ ਆਈ ਜਾਂਦੀ ਹੈ ਹੈ ਨਾ ਇਹ ਕਹਿੰਦੇ ਬਾਰਿਸ਼ ਆਉਣ ਦਿਨ ਚੱਲ ਬਾਰਿਸ਼ ਆਉਣ ਦਿਨ ਚੱਲ ਸਵੇਰ ਤੋਂ ਹੁਣ ਬਾਰਿਸ਼ ਰੁਕੀ ਸੀ ਅਤੇ ਹੁਣ ਇੱਕ ਵਜੇ ਅਸੀਂ ਬਾਹਰ ਨਿਕਲਿਆ ਇੱਥੇ ਸਕੂਟਰੀਆਂ ਜਿੰਨੀਆਂ ਮਰਜ਼ੀ ਲੈ ਲਓ 300-300 ਰੁਪਏ 'ਚ ਹੈ ਨਾ 250 'ਚ ਵੀ ਮਿਲ ਜਾਂਦੀ ਆ 300-300 ਰੁਪਏ 'ਚ 250-250 ਰੁਪਏ 'ਚ ਸਕੂਟਰੀਆਂ ਜਿੰਨੀਆਂ ਮਰਜ਼ੀ ਆਹ ਸਾਡੀਆਂ ਜਿੰਨੀਆਂ ਮਰਜ਼ੀ ਲੈ ਲਓ ਨਜ਼ਾਰੇ ਜ਼ਿੰਦਗੀ ਦਾ ਨਜ਼ਾਰਾ ਤਾਂ ਇਹੀ ਲੈ ਰਹੇ ਨੇ ਆਹ ਆਹ ਆਗੇ ਮਿਸਰੋਂ ਕਬੱਡੀ ਜਾਂਦਾ ਕੁਛ ਮਿਲ ਮੁੜ ਗਿਆ ਫੋਨ ਸੇਵ ਰੱਖ ਰਿਹਾ ਬਾਈ ਅੱਜ ਮੌਸਮ ਵੀ ਵਧੀਆ ਨਾ ਕਰਾਊਡ ਵੀ ਬਹੁਤ ਜ਼ਿਆਦਾ ਆ ਪਾਣੀ ਆ ਗਿਆ ਪਾਣੀ ਆ ਕੀ ਕਰੀ ਜਾਂਦਾ ਪੈਰ ਸੇਵ ਕਰੇ ਨੇ ਨਜ਼ਾਰੇ ਜ਼ਿੰਦਗੀ ਦੇ ਹੈਂ ਲਹਿਰਾਂ ਇਹ ਨੀ ਡਿੱਗਦਾ ਪਾਊ ਆ ਗਿਆ ਮੀਂਹ ਦਾ ਜੇ ਮੀਂਹ ਆ ਗਿਆ ਨਾ ਸਾਰਾ ਖਾਧੀ ਹੋਈ ਉਹਨੂੰ ਦੇਖੀ ਚੱਲੀ ਮਿੰਟਾਂ ਸਕਿੰਟਾਂ ਦੇ ਅੰਦਰ ਅੰਦਰ ਸਾਰੇ ਭੱਜ ਲੈਣਗੇ ਆਪਣਾ ਬੀਜ ਲਵੇ ਇਹ ਵੀ ਆ ਸਾਰਾ ਦੁਕਾਨਾਂ ਦੁਕਾਨਾਂ ਜੇ ਕੋਈ ਸ਼ਲਟ ਸ਼ੁਲਟ ਲੈਣੀ ਉਹ ਫੁੱਲ ਵਾਲੀ 800 ਦੀ ਲੈ ਕੇ ਆਉਣੇ 200 ਦੀ ਪੂਰੇ 100-100 ਦੇ ਕੱਚੇ 200 ਦੀ ਸ਼ਲਟ ਫੁੱਲ ਵਾਲੀ ਤੂੰ ਕਿੰਨੇ ਲੈ ਕੇ ਆਇਆ ਸੀਗਾ ਦਾਰੂ ਮਹਿੰਗੀ ਆ ਉਹ ਸਾਹਮਣੇ ਬੀਚ ਦੀ ਮੱਛੀ ਫੜਦਾ ਗੋਆ ਦੇ ਏਅਰਪੋਰਟ ਤੇ ਵਿੱਚ ਇਹ ਚਲਾਣਗੇ ਜਹਾਜ਼ ਫਿਰ The next morning ਪਹੁੰਚ ਗਏ ਹੋਰ